ਅਸੀਂ ਉਹ ਪਿੱਛੇ ਉਹ ਘੋੜੇ ਦੇ ਸਿਰ ਦਿਖ ਰਹੇ ਉੱਥੇ ਜਾਣਾ ਖਾਸੀ ਦੂਰ ਆ 400 ਮੀਟਰ ਦੀ ਵਾਕ ਆ ਜੀ ਇੱਥੇ ਗੱਡੀਆਂ ਪਾਰਕ ਕਰਦੇ ਆ ਆਪਾਂ ਆ ਇਹਦੀ ਫੀਲਿੰਗ ਪਿੰਡ ਵਾਲੇ ਸੂਏ ਵਰਗੀ ਨਹੀਂ ਆਉਂਦੀ ਬਸ ਮੈਂ ਤਾਂ ਜਮਾ ਸੇਮ ਫੀਲਿੰਗ ਹੈ ਇੱਥੇ ਐ ਲੱਗਦਾ ਵੀ ਜਿਵੇਂ ਸੂਏ ਦੇ ਕੰਢੇ ਫਿਰਦੇ ਹੁੰਦੇ ਆ ਤੇ ਪਰ ਇੱਥੇ ਥੋੜਾ ਜਿਹਾ ਘਾਹ ਜਿਹੜਾ ਉਹ ਕਾਂਗਰਸ ਘਾਹ ਨਹੀਂ ਹੈਗਾ ਦੂਜਾ ਐ ਵੀ ਆਹ ਨਦੀ ਆ ਜਿਹੜੀ ਇਹਦੇ ਵਿੱਚ ਉਹ ਸਾਹਮਣੇ ਕਿਸ਼ਤੀਆਂ ਖੜੀਆਂ ਦੇਖੋ ਖੜੀਆਂ ਨਾ ਉਹ ਕਿਸ਼ਤੀ ਨੇ ਜੇ ਹੁਣ ਉਧਰ ਉਤਲੇ ਪਾਸੇ ਲਿਜਾਣਾ ਉਹਨੂੰ ਕਨਾਲ 'ਚ ਲਿਜਾਣਾ ਦੇਖੋ ਇਹ ਵੀ ਇੱਕ ਇੰਜੀਨੀਅਰਿੰਗ ਦਾ ਕਮਾਲ ਹੈ ਅੱਜ ਦਾ ਨਹੀਂ ਬਹੁਤ ਪਹਿਲਾਂ ਦਾ ਬਣਾਇਆ ਹੋਇਆ ਕਮਾਲ ਆ ਦੇਖੋ ਜੀ ਬਚੇ ਖੁਚੇ ਲੋਹੇ ਦੀਆਂ ਪੱਥੀਆਂ ਦਾ ਟੁਕੜਿਆਂ ਦੀ ਕਿੱਡੀ ਜ਼ਬਰਦਸਤ ਕਲਾਕ੍ਰਿਤੀ ਬਣਾਈ ਹੋਈ ਆ ਦੇ ਇਹ ਤਾਂ ਵਿਛੇਰਿਆਂ ਵਾਲੇ ਵਿਹੜੇ 'ਚ ਫਿਰ ਰਹੇ ਸੀ ਉੱਥੇ ਵਿਛੇਰੇ ਬੰਨੇ ਹੋਏ ਆ ਉੱਧਰ ਤੁਹਾਨੂੰ ਅਸਲੀ ਤਾਜ ਦਿਖਾਉਣੇ ਆ ਜਿੰਨੇ ਆ ਥੋੜੇ ਥੋੜੇ ਤੁਹਾਨੂੰ ਡਾਟ ਦਿੰਦੇ ਆ ਬਟਨ ਦਿੰਦੇ ਆ ਇਹ ਇੱਕ ਪਾਣੀ ਦੇ ਫੁਹਾਰੇ ਨਾਲ ਲਾਈਟਾਂ ਇਹਨਾਂ ਦੇ ਵਿੱਚ ਛੇਵੇਂ ਦਿਨ ਦਾ ਸਵੇਰ ਹੋਈ ਆ ਜੀ ਅਤੇ ਅਸੀਂ ਗਲਾਸਗੋ ਦੇ ਨਾਲ ਲੱਗਦੇ ਇੱਕ ਏਰੀਏ ਦੇ ਵਿੱਚ ਸਾਡੇ ਬੜੇ ਹੀ ਪਿਆਰੇ ਮਿੱਤਰ ਪਰਮਜੀਤ ਸਿੰਘ ਜਿਹੜੇ ਕਿ ਬਹੁਤ ਲੰਮੇ ਚਿਰ ਤੋਂ ਪੇਂਡੂ ਸਟੇਡੀਅਮ ਨਾਲ ਸਾਇਲੈਂਟ ਜਿਹੜੇ ਵਿਊਵਰ ਦੇ ਤੌਰ 'ਤੇ ਜੁੜੇ ਹੋਏ ਸੀ ਹਾਂਜੀ ਅਤੇ ਅੱਜ ਉਹਨਾਂ ਦੀ ਜਿਹੜੀ ਮੇਜ਼ਬਾਨੀ ਦਾ ਰਾਤ ਦੇ ਆਨੰਦ ਮਾਣਦੇ ਹੋਏ ਅਤੇ ਟੇਸਟੀ ਜਿਹੜਾ ਉਹਨਾਂ ਦਾ ਰੈਸਟੋਰੈਂਟ ਬਹੁਤ ਫੇਮਸ ਰੈਸਟੋਰੈਂਟ ਆ ਉੱਥੇ ਹੋ ਕੇ ਅਸੀਂ ਅੱਜ ਉਹਨਾਂ ਦੇ ਘਰੋਂ ਖਾਣਾ ਪਾਣੀ ਖਾ ਕੇ ਚੱਲ ਰਹੇ ਹਾਂ ਅਤੇ ਸਾਨੂੰ ਉਹਨਾਂ ਨੇ ਦੱਸਿਆ ਵੀ ਜੋ ਤੁਸੀਂ ਜਾਓਗੇ ਨਾ ਐਡਨਬਰਾ ਹਾਂਜੀ ਮੈਂ ਗਲਤ ਨਹੀਂ ਬੋਲਿਆ ਇਹ ਮੈਨੂੰ ਕੱਲ੍ਹ ਦੇ ਸਿਖਾਈ ਜਾਂਦੇ ਆ ਇਸ ਭਾਸ਼ਾ ਦੇ ਵਿੱਚ ਤਾਂ ਇਦਾਂ ਹੀ ਬੋਲਾਂਗੇ ਪ੍ਰੋਨਾਂਸ ਕਰਾਂਗੇ ਮੈਨੂੰ ਕੱਲ੍ਹ ਦੇ ਸਿਖਾਈ ਜਾਂਦੇ ਬਾਈ ਕੁਛ ਹੋਰ ਹੀ ਕਹਿ ਦੇ ਨਾਮ ਨਾ ਤੂੰ ਕਹਿੰਦਾ ਯਾਰ ਸਿੱਖ ਲਾ ਬੱਲਾ ਮੈਂ ਹੁਣ ਸਿੱਖ ਲਿਆ ਐਡਨਬਰਾ ਠੀਕ ਆ ਹਾਂਜੀ ਐਡਨਬਰਾ ਚੱਲਿਆ ਸੀ ਤੇ ਐਡਨਬਰਾ ਜਾਂਦੇ ਸਾਨੂੰ ਉਹ ਕਹਿੰਦੇ ਵੀ ਰਾਹ 'ਚ ਨਾ ਇੱਕ ਕੀ ਕੈਲਪੀਅਸ ਆਊਗਾ ਤੇ ਹੁਣ ਉਹ ਕੈਲਪੀਅਸ ਦੇ ਰਾਹ 'ਚ ਸੀ ਉਹ ਪਿੱਛੇ ਉਹ ਘੋੜੇ ਦੇ ਸਿਰ ਦਿਖ ਰਹੇ ਉੱਥੇ ਜਾਣਾ ਖਾਸੀ ਦੂਰ ਆ 400 ਮੀਟਰ ਦੀ ਵਾਕ ਆ ਜੀ ਇੱਥੇ ਗੱਡੀਆਂ ਪਾਰਕ ਕਰਦੇ ਹਾਂ ਆਪਾਂ ਅਤੇ ਉੱਥੋਂ ਬੋਰਡ ਲੱਗਿਆ ਹੋਇਆ ਅਤੇ ਇਹ ਜਿਹੜੀ ਰੋਡ ਜਾ ਰਹੀ ਹੈ ਗੱਡੀਆਂ ਵੈਸੇ ਜਾਂਦੀਆਂ ਨੇ ਅੱਗੇ ਪਰ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਬੰਦ ਹੁੰਦੀਆਂ ਹੈ ਲਿਜਾ ਸਕਦੇ ਸੀ ਪਰ ਅਸੀਂ ਥੋੜ੍ਹਾ ਜਿਹਾ ਨਾ ਵੀ ਸੈਰ ਕਰਨ ਦੀ ਇੱਛਾ ਸੀਗੀ ਅਤੇ ਨਾਲ ਕੁਦਰਤੀ ਨਜ਼ਾਰੇ ਦੇਖਣੇ ਸੀਗੇ ਇਹਦੀ ਫੀਲਿੰਗ ਪਿੰਡ ਵਾਲੇ ਸੂਏ ਵਰਗੀ ਨਹੀਂ ਆਉਂਦੀ ਬਸ ਮੈਂ ਤਾਂ ਜਮਾਂ ਸੇਮ ਫੀਲਿੰਗ ਹੈ ਇੱਥੇ ਐਂ ਲੱਗਦਾ ਵੀ ਜਿਵੇਂ ਸੂਏ ਦੇ ਕੰਢੇ ਫਿਰਦੇ ਹੁੰਦੇ ਆ ਅਤੇ ਪਰ ਇੱਥੇ ਥੋੜ੍ਹਾ ਜਿਹਾ ਘਾਹ ਜਿਹੜਾ ਉਹ ਕਾਂਗਰਸ ਘਾਹ ਨਹੀਂ ਹੈਗਾ ਦੂਜਾ ਸਾਡੇ ਕਾਂਗਰਸ ਘਾਹ ਹੋ ਜਾਂਦਾ ਹਾਂਜੀ ਲਿਆਓ ਜੀ ਚੱਲੀਏ ਫਿਰ ਅੱਗੇ ਨੂੰ ਜੋ ਤੁਸੀਂ ਆ ਘੋੜੇ ਜੇ ਦੇਖਣਾ ਹੋ ਇੱਕ ਜ ਬਚਪਨ ਹੋਰ ਯਾਦ ਕਰਿਓ ਮਲਿਆਂ ਤੋਂ ਬੇਰ ਖਾਂਦੇ ਹੁੰਦੇ ਸੀ ਨਾ ਆ ਸਾਰੇ 'ਚ ਰਾਹ 'ਚ ਨਾਲ ਬਲਿਊਬੇਰੀ ਬਲੈਕਬੇਰੀ ਆ ਬੇਰ ਆਹ ਦੇਖੋ ਇੱਧਰ ਆ ਹਾ ਹਾ ਭਰੀ ਪੀ ਆ ਨਜ਼ਾਰੇਦਾਰ ਹੂੰ ਆ ਨਜ਼ਾਰੇ ਆ ਕੇ ਖਾ ਕੇ ਆਹ ਦੇਖੋ ਨਜ਼ਾਰੇਦਾਰ ਅਤੇ ਉਹ ਘੋੜੇ ਕਿੱਥੇ ਘੋੜੇ ਹੋ ਸੇ ਸਾਹਮਣੇ ਦੋਸਤੋ ਇੰਜੀਨੀਅਰਿੰਗ ਦੀ ਕਮਾਲ ਵੱਖਰੇ ਵੱਖਰੇ ਕਿਸਮ ਦੀ ਦੁਨੀਆ ਭਰ 'ਚ ਦੇਖਣ ਨੂੰ ਮਿਲਦੀ ਹੈ ਕਿੰਨਾ ਥਾਂ 'ਤੇ ਨਾ ਮੈਂ ਇੱਕ ਜਹਾਜ਼ ਦਾ ਦੇਖਿਆ ਸੀ ਇੱਕ ਬਹੁਤ ਭੀੜਾ ਕਨਾਲ ਬਣੀ ਹੋਈ ਹੈ ਜਿਹੜੀ ਦੁਨੀਆ ਦੇ ਦੋ ਹਿੱਸਿਆਂ ਨੂੰ ਜੋੜਦੀ ਆ ਉੱਥੇ ਨਾ ਸਮੁੰਦਰ ਉੱਚਾ ਨੀਵਾਂ ਬਹੁਤ ਆ ਅਤੇ ਉੱਥੇ ਜਹਾਜ਼ ਨੂੰ ਜਦੋਂ ਟਪਾਉਣਾ ਹੁੰਦਾ ਤਾਂ ਉੱਥੇ ਇੱਕ ਲੌਕ ਬਣਾਏ ਹੋਏ ਆ ਪਹਿਲਾਂ ਲੌਕ ਕਰਕੇ ਪਾਣੀ ਭਰਦੇ ਆ ਫਿਰ ਉਹਨੂੰ ਡਾਊਨ ਕਰਕੇ ਜਹਾਜ਼ ਨੂੰ ਅਗਲੇ ਸਟੈਪ 'ਤੇ ਅਗਲੇ 'ਤੇ ਪੌੜੀਆਂ ਲਾਉਂਦੇ ਆ ਸਿੰਪਲ ਭਾਸ਼ਾ 'ਚ ਕਹੀਏ ਤਾਂ
ਇੱਥੇ ਵੀ ਉਹੀ ਜਿਹੜਾ ਕਿਸ਼ਤੀਆਂ ਨੂੰ ਪੌੜੀਆਂ ਲਾਉਣ ਦਾ ਜਿਹੜਾ ਸਟਾਈਲ ਮੈਨੂੰ ਦੇਖਣ ਨੂੰ ਮਿਲਿਆ ਤਾਂ ਉਹ ਗੱਲ ਚੇਤੇ ਆ ਗਈ। ਤਾਂ ਅਸੀਂ ਉਹ ਦੇਖ ਰਹੇ ਹਾਂ ਵੀ ਆਹ ਨਦੀ ਆ ਜਿਹੜੀ, ਇਹਦੇ ਵਿੱਚ ਉਹ ਸਾਹਮਣੇ ਕਿਸ਼ਤੀਆਂ ਖੜੀਆਂ, ਦੇਖੋ ਖੜੀਆਂ ਨਾ ਉਹ ਕਿਸ਼ਤੀ ਨੇ, ਜੇ ਹੁਣ ਉੱਧਰ ਉਤਲੇ ਪਾਸੇ ਲਿਜਾਣਾ ਉਹਨੂੰ ਕਨਾਲ 'ਚ ਲਿਜਾਣਾ ਤਾਂ ਉਹ ਕੀ ਕਰਦੇ ਆ, ਇੱਥੇ ਲਿਆਉਣਗੇ, ਆਹ ਡੈਮ ਖੋਲ੍ਹ ਦੇਣਗੇ, ਇਹ ਡੈਮ ਖੋਲ੍ਹ ਕੇ ਲੈਵਲ ਬਰਾਬਰ ਹੋ ਜੂ, ਆਹ ਗੇਟ ਫੱਟੇ ਖੁੱਲ੍ਹ ਜਾਣਗੇ ਦੋਨੇ, ਉਹ ਉੱਥੇ ਜਾ ਕੇ ਕਿਸ਼ਤੀ ਖੜ ਜੂਗੀ, ਮੁੜ ਕੇ ਫੱਟੇ ਫਿਰ ਲਾ ਦੇਣਗੇ, ਅਤੇ 'ਚ ਪਾਣੀ ਭਰ ਦੇਣਗੇ, ਫਿਰ ਲੈਵਲ ਉਹਦਾ ਉੱਚਾ ਹੋ ਜੂਗਾ, ਇਵੇਂ 'ਚ ਕਿ ਤਿੰਨ ਸਟੈਪਾਂ 'ਚ ਇਹ ਕਿਸ਼ਤੀ ਨੂੰ ਫਿਰ ਉੱਚੀ ਨਦੀ 'ਚ ਲੈ ਜਾਣਗੇ। ਦੇਖੋ ਇਹ ਵੀ ਇੱਕ ਇੰਜੀਨੀਅਰਿੰਗ ਦਾ ਕਮਾਲ ਹੈ, ਅੱਜ ਦਾ ਨਹੀਂ ਬਹੁਤ ਪਹਿਲਾਂ ਦਾ ਬਣਾਇਆ ਹੋਇਆ ਕਮਾਲ ਆ। ਅੱਧਾ ਫਲਿਕਰਿੰਗ ਵੀ ਵੀਲ ਵਾਲੇ ਦਿਖਾਇਆ ਗਿਆ ਜੀ, ਇਹ ਨੇੜੇ ਹੀ ਇੱਥੋਂ, ਜੇ ਸਵੱਬ ਬਣਿਆ ਤਾਂ ਭਾਲਦੇ ਹਾਂ ਕਿੱਥੇ ਜੇ ਇਹ। ਅਤੇ ਪਰ ਇਹਦੇ ਵਿੱਚ ਮੈਂ ਇੱਕ ਵੀਡੀਓ 'ਚ ਦੇਖਿਆ ਸੀ ਵੀ ਇੱਥੇ ਆਉਂਦੀ ਆ ਕਿਸ਼ਤੀ, ਇਹਦੇ 'ਤੇ ਬੈਚ ਚੜ੍ਹਾ ਲੈਂਦੇ ਆ, ਇਹਦੇ 'ਤੇ ਇਹ ਐਂ ਘੁੱਕ ਕੇ ਪੂਰਾ ਉੱਤੇ ਲਿਜਾ ਕੇ ਅਤੇ ਇਸ ਨਦੀ ਦੇ ਵਿੱਚ ਇਹਨੂੰ ਛੱਡ ਦਿੰਦੀ ਆ। ਸੋ ਇਹ ਵੀ ਇੱਕ ਦੇਖਣ ਵਾਲੀ ਚੀਜ਼ ਆ, ਜੇ ਸੰਯੋਗ ਬਣਿਆ ਤਾਂ ਸਾਡੇ ਦਰਸ਼ਕਾਂ ਲਈ ਜ਼ਰੂਰ ਲਿਆਵਾਂਗੇ। ਇਹ ਇੱਕ ਇਨਫੋਰਮੇਸ਼ਨ ਸੈਂਟਰ ਆ ਜੀ, ਅੱਗੋਂ ਪੁਰਾਣਾ ਕਿਲ੍ਹਾ, ਅਤੇ ਆਹ ਦਿਖਾ ਰੱਖਿਆ ਜੀ ਫਲਿਕਰਿੰਗ ਵਾਲ ਹੈ ਕਿੱਥੇ, ਜੇ ਆਪਾਂ ਕਿੱਥੇ ਖੜ੍ਹੇ ਆਉਣਾ, ਇਹ ਦੇਖੋ ਯੂ ਆਰ ਹੇਅਰ, ਆਪਾਂ ਇੱਥੇ ਹਾਂ ਅਤੇ ਉਹ ਇੱਥੇ ਆ, ਜਿਹੜੀ ਹੈ ਇੱਥੇ ਹੀ ਹੈ, ਹਾਂ ਨੇੜੇ ਹੀ ਹੈ ਇਹ। ਬਹੁਤ ਕਮਾਲ ਦੀ ਚੀਜ਼ ਆ ਦੇਖਣ ਵਾਲੀ ਆ, ਆਹ ਦ ਕੈਲੈਂਡਰ ਹਾਊਸ, ਵਾਹ ਜੀ ਵਾਹ, ਪਤਾ ਨਹੀਂ ਕਿਹੜੇ ਵੇਲਿਆਂ ਦਾ, ਕਿੱਡੀ ਬਿਊਟੀ ਦੇਖ ਯਾਰ, ਇਹ ਕੁਦਰਤ ਦੇ ਕਲਰਿੰਗ ਦੇਖ ਕਿਵੇਂ ਦਿੱਤੀ ਆ, ਵਾਹ ਕਮਾਲ ਦੀ ਹੈ। ਥੱਲੇ ਟ੍ਰੇਨ ਕਾਹ ਘਰ, ਇਹਦਾ ਤਾਂ ਬੰਦੇ ਨੇ ਅਨਾਨਾਸ ਹੀ ਬਣਾ ਤਾ ਉੱਤੇ। ਦੇਖੋ ਜੀ ਬਚੇ ਖੁਚੇ ਲੋਹੇ ਦੀਆਂ ਪੱਤੀਆਂ ਦਾ ਟੁਕੜਿਆਂ ਦੀ ਕਿੱਡੀ ਜ਼ਬਰਦਸਤ ਕਲਾਕ੍ਰਿਤੀ ਬਣਾਈ ਹੋਈ ਆ, ਦੇਖ ਕੇ ਪਤਾ ਲੱਗਦਾ ਸੋਹਣਾ ਲੱਗਦਾ ਲੋਹੇ ਦਾ, ਪਰ ਹੁਣ ਸਿਲਵਰ ਦਾ ਕਲਰ ਕੀਤਾ ਹੋਇਆ ਇਹਨੂੰ, ਅਤੇ ਇਹ ਵਧੀਆ ਲੱਗਿਆ ਤੁਹਾਨੂੰ, ਦੇਖੋ ਕਿੱਡੇ ਵੱਡੇ ਆ ਹੈ ਨਾ। ਨਹੀਂ ਨਹੀਂ ਹਲੇ ਇਹ ਤਾਂ ਬਛੇਰੇ ਆ, ਇਹ ਤਾਂ ਬਛੇਰਿਆਂ ਵਾਲੇ ਵਿਹੜੇ 'ਚ ਫਿਰਦੇ ਹਾਂ ਅਸੀਂ, ਉੱਥੇ ਬਛੇਰੇ ਬੰਨੇ ਹੋਏ ਆ, ਉੱਧਰ ਤੁਹਾਨੂੰ ਅਸਲੀ ਤਾਂ ਜੋ ਦਿਖਾਉਣੇ ਆ, ਘੋੜੀਆਂ ਤਾਂ ਉੱਧਰ ਬੰਨੀਆਂ ਹੋਈਆਂ, ਇਹ ਤਾਂ ਬਛੇਰੇ ਬੰਨੇ ਹੋਏ ਆ ਇੱਥੇ, ਉਹ ਸੀ ਜੀ ਘੋੜੀਆਂ ਦਾ, ਆ ਜਾਓ ਉਹ ਦਿਖਾਈਏ ਤੁਹਾਨੂੰ। ਜੀ ਅਸਲੀ ਘੋੜੀਆਂ ਤਾਂ ਇੱਥੇ ਬੰਨੀਆਂ ਹੋਈਆਂ, ਅਤੇ ਉੱਥੇ ਤਾਂ ਮੈਂ ਘੋੜੀ ਦੇ ਨਾਸਾਂ ਨੂੰ ਹੱਥ ਲਾ ਲਿਆ ਸੀ, ਇੱਥੇ ਮੈਨੂੰ ਲੱਗਦਾ ਨਾਸਾਂ ਨੂੰ ਹੱਥ ਲਾਉਣ ਵਾਸਤੇ ਵੀ 2 ਮੰਜ਼ਿਲਾ ਪੌੜੀ ਚਾਹੀਦੀ ਆ, ਫਿਰ ਜਾ ਕੇ ਲੱਗੂ ਆ, ਪਰ ਆ ਜਾਓ ਨੇੜੇ 'ਚ ਤਾਂ ਹੋ ਕੇ ਦੇਖੀਏ ਫਿਰ ਵੀ ਹੋਰ। ਅਸਲ ਦੇ ਵਿੱਚ ਸਾਨੂੰ ਰਾਤ ਬਾਈ ਪਰਮਜੀਤ ਨੇ ਕਿਹਾ ਸੀ, ਉਹ ਕਹਿੰਦੇ ਵੀ ਰਾਤ 10 ਵਜੇ ਸੀ ਜਦੋਂ ਖਾਣਾ ਖੁਣਾ ਖਾਧਾ ਸੀ, ਅਤੇ ਉਦੋਂ ਉਹਨਾਂ ਨੇ ਕਿਹਾ ਸੀ ਵੀ ਆ ਜਾਓ ਅਤੇ ਤੁਹਾਨੂੰ ਇੱਕ ਚੀਜ਼ ਦਿਖਾ ਕੇ ਲਿਆਈਏ। ਘਰ ਤੋਂ 10-15 ਮਿੰਟ ਹੀ ਦੂਰ ਸੀ, ਪਰ ਅਸੀਂ ਰਾਤ ਨਾ ਘੌਲ ਕਰਕੇ ਜਾਣ ਦੀ, ਅਸੀਂ ਆਖਿਆ ਵੀ ਯਾਰ ਥੱਕੇ ਹਾਂ ਹੁਣ ਛੱਡੋ ਖੜਾ, ਪਰ ਅਸਲ ਦੇ ਵਿੱਚ ਇਹ ਦੇਖਣ ਵਾਲਾ ਸੀ ਰਾਤ, ਕਿਉਂਕਿ ਜਿੰਨੇ ਆ ਥੋੜ੍ਹੇ ਥੋੜ੍ਹੇ ਤੁਹਾਨੂੰ ਡੋਟ ਦਿੰਦੇ ਆ, ਬਟਨ ਦਿੰਦੇ ਆ, ਇਹ ਇੱਕ ਪਾਣੀ ਦੇ ਫੁਹਾਰੇ ਨਾਲ ਲਾਈਟਾਂ ਇਹਨਾਂ ਦੇ ਵਿੱਚ। ਲਓ ਵੀ ਮਿੱਤਰੋ, ਹੁਣ ਤੱਕ ਦੀਆਂ ਸਾਡੀ ਇਸ ਵੀਡੀਓ ਤੋਂ ਤੁਹਾਨੂੰ ਬਹੁਤ ਸਾਰੇ ਸਵਾਲ ਉੱਠੇ ਹੋਣਗੇ, ਉਹਨਾਂ ਸਵਾਲਾਂ ਦੇ ਵਿੱਚ ਇੱਕ ਸਵਾਲ ਇਹ ਆਉਣਾ ਵੀ ਹੈ ਕਿੱਥੇ, ਇਹ ਸਕਾਟਲੈਂਡ ਦੀ ਧਰਤੀ 'ਤੇ ਆ ਜੀ, ਗਲਾਸਗੋ ਤੋਂ ਜਦੋਂ ਬਾਹਰ ਨੂੰ ਨਿਕਲਦੇ ਹਾਂ ਐਡਨਵਰ ਵੱਲ ਜਾਂਦੇ ਹਾਂ ਤਾਂ ਰਾਹ 'ਚ ਆਉਂਦਾ ਜੀ ਕਾਲਪੀਜ਼, ਇਹਦਾ ਨਾਂ
30 मीटर उच्चे जिहड़े घोड़िया के जिहड़े बुत बनाए हुए आ ते दुनिया के सब तो वड्डे ये बुत मन्ने गए आ हुण तक एक कनाल के किनारे ते आ ते इत्थे एक ना पानी का घूमण घेरी जी बनाई हुई आ उहदे करके बनाए हुए आ ते हुण इन्ना कु कुछ मैं दसता हुण तुसीं ना कुछ करियो आपे आपदा गूगल करो ते लभ लो ये है की सौदा मैं बड़ा नहीं दस सकदा जिन्ना कि दसना दसता आ इन्ना पता भी आ लक्ष्मण झूला देख लो ये चढ़ के हिलदा जदों इत्थे चढ़दे आ ना आ हा झूटे लैंदा है ए लक्ष्मण झूला गा ए जो चलदे आ देख ओ देखे सामने सामने बकतां फिरदियां बहुत सारियां बकतां फिरदियां बतखां लो जी ए आ सारी कहानी ए घोड़ा नाराज नूराज हो गया उन्होंने बड़ा मूँह चक लिया और थोड़ा शरीफ होना मेरे नाल उन्हें नीमा कर लिया बस इन्नी क हिस्टरी इन्नी क गल इन्नी क बात आ कुल मिला के आनंद लेना सी आनंद सानू तो आ गया इत्थे आ के ते होपफुली हो सकता है भी हो सकता पर कुल मिला के आनंद लेना सी आनंद ले लिया मनप्रीत नूं पता नहीं आया कि नहीं आया आनंद भाजी गल ये है कि एक तो जो आला दुआला ना बहुत कुदरती आ जो ग्रीनरी आ देखने वाली तो वो उत्ते जो एक अलग चीज़ बनाई हुई है खूबसूरती वाली वो भी बहुत सुकून वाली नाले खासकर जिथे पानी होवे ना उत्ते सुकून तो आई जांदा आए जांदा है वो पानी की एक आदत आ जी वो जिहो जिहा रंग वो पैंदा उहा जिहा हो जांदा है साही कहानी सो पर दुनिया का सब तो वड्डा स्कल्पचर है 30 मीटर कहंदे दुबारा बोलियो उच्ची देना पर दुनिया का सब तो वड्डा स्कल्पचर है ओ नहीं मैं दसदा आ जा चल गए ਲਓ ਜੀ ਬਾਏ ਬਾਏ ਕਰੀਏ ਇਹ ਐਪੀਸੋਡ ਇੱਥੇ ਹੀ ਖਤਮ ਕਰਦੇ ਹਾਂ ਜੀ ਕਿਉਂਕਿ ਸਾਨੂੰ ਨਾ ਫਿਰ ਲੋਕ ਲੜਦੇ ਆ ਵੀ ਤੁਸੀਂ ਖਤਮ ਤਾਂ ਕੀਤਾ ਨਹੀਂ ਸ਼ੁਰੂ ਤਾਂ ਕਰ ਲਿਆ ਸੀ ਅਸੀਂ ਭੁੱਲ ਜਾਂਦੇ ਹਾਂ ਇਹਨੂੰ ਖਤਮ ਵੀ ਕਰਨਾ ਸੋ ਇਹਨੂੰ ਇੱਥੇ ਖਤਮ ਕਰਦੇ ਹਾਂ ਅਗਲਾ ਅਗਲੇ ਥਾਂ 'ਤੇ ਜਾ ਕੇ ਸ਼ੁਰੂ ਕਰਦੇ ਹਾਂ ਆਓ ਚੱਲੀਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ